ਵੈਲਕਮ ਟੂ ਦੈਨਿਕ ਸਵੇਰਾ ਟੀਵੀ। ਮੈਂ ਹਾਂ ਮਨਰਾਜ। ਦ ਮਜੀਸ਼ੀਅਨ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਪੰਜਾਬੀ ਸਿੰਗਰ ਤੇ ਰੈਪਰ ਬਾਦਸ਼ਾਹ, ਜਿਸ ਨੂੰ ਕਿ ਬੈਡ ਬੋਏ ਬਾਦਸ਼ਾਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਨੇ ਬਾਲੀਵੁੱਡ ਨੂੰ ਐਸੇ ਗਾਣੇ ਦਿੱਤੇ ਹਨ ਜੋ ਕਿ ਪਾਰਟੀ ਹੀ ਨਹੀਂ ਬਲਕਿ ਹਰ ਕਿਸੇ ਦੇ ਕੰਨਾਂ ਦੇ ਵਿੱਚ ਹਰ ਵੇਲੇ ਵੱਜਦੇ ਰਹਿੰਦੇ ਹਨ। ਅਤੇ ਕਾਫੀ ਸਾਰੇ ਗਾਣਿਆਂ ਨੂੰ ਰੀਮਿਕਸ ਕਰਕੇ ਬਾਦਸ਼ਾਹ ਨੇ ਯੂਥ ਲਈ ਹੈਪਨਿੰਗ ਤੇ ਪਾਰਟੀ ਸੌਂਗਸ ਵੀ ਬਣਾਏ ਹਨ। ਬਾਦਸ਼ਾਹ ਹੁਣ ਲੈ ਕੇ ਆਇਆ ਇੱਕ ਨਵਾਂ ਗਾਣਾ ਜੋ ਕਿ ਯੂਥ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਯੂਟਿਊਬ ਦੇ ਉੱਤੇ ਆਲਰੇਡੀ 15 ਲੱਖ ਵਿਊਜ਼ ਕ੍ਰੋਸ ਕਰ ਚੁੱਕਾ ਹੈ। ਆਓ ਦੇਖਦੇ ਹਾਂ ਉਹ ਗਾਣਾ। ਬਾਲੀਵੁੱਡ ਨੂੰ ਤਰੀਫਾਂ, ਡੀਜੇ ਵਾਲੇ ਬਾਬੂ ਤੇ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਵਰਗੇ ਸੁਪਰ ਹਿੱਟ ਗਾਣੇ ਦੇਣ ਵਾਲੇ ਰੈਪਰ ਬਾਦਸ਼ਾਹ ਨਾ ਸਿਰਫ ਯੂਥ ਬਲਕਿ ਭਾਰਤ ਦੇ ਹਰ ਏਜ ਦੇ ਵਿਅਕਤੀ ਵੱਲੋਂ ਪਸੰਦ ਕੀਤੇ ਜਾ ਰਹੇ ਨੇ। ਜਿਸ ਦੇ ਚੱਲਦੇ ਬਾਦਸ਼ਾਹ ਨੇ ਇੱਕ ਨਵਾਂ ਗਾਣਾ ਰਿਲੀਜ਼ ਕੀਤਾ ਜਿਸ ਦਾ ਟਾਈਟਲ ਹੈ ਆਹੋ ਮਿੱਤਰਾਂ ਦੀ ਯੈਸ ਹੈ, ਜਿਸ ਵਿੱਚ ਫੀਚਰ ਕੀਤਾ ਹੈ ਨਿਧੀ ਅਗਰਵਾਲ ਨੇ। ਇਸ ਗਾਣੇ ਦੇ ਲਿਰਿਕਸ ਤੇ ਮਿਊਜ਼ਿਕ ਖੁਦ ਬਾਦਸ਼ਾਹ ਨੇ ਕੀਤਾ ਹੈ, ਜਿਸ ਦੀ ਵੀਡੀਓ ਕੀਤੀ ਹੈ ਫਿਲਮੀ ਗੈਂਗ ਨੇ। ਇਸ ਗਾਣੇ ਦੀ ਵੀਡੀਓ ਨੂੰ ਪਹਿਲੇ 15 ਘੰਟਿਆਂ ਵਿੱਚ ਹੀ 15 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਨੇ। ਮਿਊਜ਼ਿਕ ਤੇ ਫਿਲਮ ਇੰਡਸਟਰੀ ਦੀ ਲੇਟੈਸਟ ਅਪਡੇਟਸ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।